ਸਾਨੂੰ ਸੱਦਾ ਦਿੱਤਾ ਸੀ ਕਿ ਤੁਸੀਂ ਉੱਥੇ ਪਹੁੰਚੋ ਤੇ ਇਹ ਜਿਹੜੀ ਹਿੰਦੁਸਤਾਨ ਦੀ ਹਕੂਮਤ ਹੈ ਉਹਦਾ ਗੁਰਪੁਰਬ ਵੀ ਮਨਾ ਸਕਣ ਲਈ ਗੁਲਾਮੀ ਦੀ ਇਹ ਦਸ਼ਾ ਹੈ ਸਾਡੇ ਉੱਤੇ ਇਹਨਾਂ ਨੇ ਆਣ ਕੇ ਪਹਿਲਾਂ ਤਾਂ ਕਿਹਾ ਵੀ ਤੁਸੀਂ ਨਾ ਚੋ ਅਸੀਂ ਕਿਹਾ ਵੀ ਸਾਨੂੰ ਉੱਥੇ ਜਾਣਾ ਪੈਣਾ ਹੈ ਤੁਹਾਡੇ ਕਹਿਣ ਤੇ ਇੱਥੇ ਦਾ ਇੱਕ ਪ੍ਰੋਗਰਾਮ ਸੀ ਉਹ ਅੱਗੇ ਪਾ ਦਿੱਤਾ ਚਲੋ ਕੋਈ ਗੱਲ ਨਹੀਂ ਹੋਰ ਨਿੱਜੀ ਸਮਾਗਮ ਸੀ ਕਿਸੇ ਦਾ ਪਰ ਗੁਰਪੁਰਬ ਅੱਗੇ ਪੈ ਸਕਦਾ ਗੁਰੂ ਦਾ ਗੁਰਪੁਰਬ ਤੇ ਅੱਗੇ ਨਹੀਂ ਪੈ ਸਕਦਾ ਨਗਰ ਕੀਰਤਨ ਨਿਕਲ ਰਿਹਾ ਸੰਗਤਾਂ ਉੱਥੇ ਬੈਠੀਆਂ ਨੇ ਇੰਤਜ਼ਾਰ ਕਰ ਰਹੀਆਂ ਸੋ ਪ੍ਰਸ਼ਾਸਨ ਨੇ ਕਿਹਾ ਵੀ ਭਾਈ ਤੁਸੀਂ ਉੱਥੇ ਜਾ ਨਹੀਂ ਸਕਦੇ ਅਸੀਂ ਜਾਣ ਨਹੀਂ ਦੇਣਾ ਤੇ ਮੈਂ ਉਹਨੂੰ ਗੱਲ ਕਹੀ ਸੀ ਕਿ ਤੁਸੀਂ ਆਪਾਂ ਇੰਨੇ ਪ੍ਰੇਮ ਨਾਲ ਕਿਉਂ ਗੱਲ ਕਰ ਰਹੇ ਇੱਕ ਦੂਜੇ ਨਾਲ ਤੁਸੀਂ ਮੈਨੂੰ ਹੱਥ ਘੜੀਆਂ ਲਾਓ ਤੇ ਜਿਹੜੇ ਥਾਣੇ 'ਚ ਕਹੋ ਉਹਦੇ ਉੱਥੇ ਬਜਾ ਕੇ ਬਹਿ ਜਾਣਾ ਵੀ ਅਸੀਂ ਨਾ ਤੇ ਥਾਣੇ ਜਾਣ ਤੋਂ ਡਰਦੇ ਹਾਂ ਨਾ ਜੇਲ੍ਹ ਤੋਂ ਡਰਦੇ ਹਾਂ ਨਾ ਤੁਹਾਡੀ ਗੋਲੀ ਤੋਂ ਡਰਦੇ ਹਾਂ ਨਾ ਮਰਨ ਤੋਂ ਡਰਦੇ ਹਾਂ ਮਹਾਰਾਜ ਦੇ ਦਾਸ ਹੋ ਸਭਨਾ ਕੀ ਰੇਣਕਾ ਤੋਂ ਆ ਹਮਾਰੇ ਵਾਸ ਇਹ ਗੱਲਾਂ ਅਸੀਂ ਕਹਿਣ ਨੂੰ ਨਹੀਂ ਕੀਤੀਆਂ ਇਹ ਮਹਾਰਾਜ ਦੀ ਬਾਣੀ ਹੈ ਜੁਗੋ ਜੁਗ ਅਟਲ ਹੈ ਜਦੋਂ ਇਹ ਗੱਲ ਸੰਗਤਾਂ ਨੇ ਕੀਤੀ ਹੈ ਤੇ ਇਹਦੇ ਬੜੇ ਮਾਇਨੇ ਹੈ ਸੋ ਅੱਜ ਜਿਹੜੇ ਸਿੱਖ ਪੁੱਛਦੇ ਸੀ ਵੀ ਗੁਲਾਮੀ ਕਿੱਥੇ ਹੈ ਇਹ ਗੁਲਾਮੀ ਹੈ ਅਸੀਂ ਆਪਣੇ ਗੁਰੂ ਦੇ ਪੁਰਬ ਤੇ ਜਾਣਾ ਗੁਰੂ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਇੰਤਜ਼ਾਰ ਕਰ ਰਹੀਆਂ ਤੇ ਹਕੂਮਤ ਕਹਿੰਦੀ ਤੁਸੀਂ ਜਾ ਨਹੀਂ ਜਾ ਸਕਦੇ ਤੁਹਾਡੇ ਜਾਣ ਨਾਲ ਹਾਲਾਤ ਖਰਾਬ ਹੋ ਸਕਦੇ ਕਿਉਂਕਿ ਇੱਕ ਸੂਰੀ ਦਾ ਕਤਲ ਹੋਇਆ ਉਹ ਸੂਰੀ ਉਹ ਮਨੁੱਖ ਹੈ ਜਿਹਨੇ ਸਿੱਖਾਂ ਦੇ ਖਿਲਾਫ ਇੰਨਾ ਜ਼ਹਿਰ ਗਲਸ਼ਿਆ ਕਦੀ ਉਹ ਕਹਿੰਦਾ ਸੀ ਵੀ 2% ਹੈ ਮਸਲ ਦੀ ਉਹ ਕਦੀ ਉਹ ਕਹਿੰਦਾ ਸੀ ਵੀ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਤੋਂ ਬਿਨਾਂ ਮੈਂ ਕਿਸੇ ਨੂੰ ਰਹਿਣ ਨਹੀਂ ਦੇਣਾ ਸਾਰੇ ਨੂੰ ਹਿੰਦੂ ਬਣਾ ਦੇਣਾ ਉਸ ਬੰਦੇ ਨੂੰ ਹਕੂਮਤ ਨੇ ਸਿਕਿਉਰਿਟੀ ਦੇ ਕੇ ਤੇ ਇਹ ਬਣਾਇਆ ਵੀ ਭਾਈ ਇਹ ਜੋ ਮਰਜ਼ੀ ਬੋਲੀ ਜਾਵੇ ਇਹਨੂੰ 1599 ਦੇ ਦਿਓ ਤੇ ਜੇ ਉਹਦੇ ਜਵਾਬ ਦੇ ਵਿੱਚ ਛੁੱਟ ਦਿਓ ਹੁਣ ਉਹਦਾ ਕਤਲ ਕਿਹਨੇ ਕੀਤਾ ਕਿਉਂ ਕੀਤਾ ਤੇ ਪਤਾ ਨਹੀਂ ਲੱਗਾ ਜੇ ਕਾਰਨ ਹੀ ਪਤਾ ਲੱਗੇ ਹੁਣ ਪ੍ਰਸ਼ਾਸਨ ਮੇਰੇ ਜਿਹੜੀ ਸੁਣ ਚ ਗੱਲ ਆਈ ਹੈ ਮੈਨੂੰ ਕਨਫਰਮ ਨਹੀਂ ਵੀ ਇਹ ਗੱਲ ਸਹੀ ਹੈ ਕਿ ਗਲਤ ਹੈ ਪ੍ਰਸ਼ਾਸਨ ਨੇ ਪਰਿਵਾਰ ਦੀ ਮੰਗ ਦੇ ਉੱਤੇ ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਦਾ ਨਾਮ ਪਰਚੇ 'ਚ ਪਾ ਦਿਓ ਸੋ ਹਾਲਾਤ ਇਹ ਬਣ ਚੁੱਕੇ ਨੇ ਵੀ ਪੰਜਾਬ ਦੇ ਵਿੱਚ ਕੋਈ ਕਿਸੇ ਦਾ ਕੱਟਾ ਖੋਲ ਕੇ ਲੈ ਜੇ ਤੇ ਉਸ ਪਰਚੇ 'ਚ ਨਾਮ ਅੰਮ੍ਰਿਤਪਾਲ ਦਾ ਪਾਉਣ ਨੂੰ ਫਿਰਦੇ ਨੇ ਕਿ ਮੈਂ ਦੱਸ ਵੀ ਇਹੋ ਜਿਹੇ ਬੰਦੇ ਮਰੇ ਸਭ ਨੂੰ ਕਾਹਤੇ ਗੱਲ ਪਾਉਣਾ ਤੇ ਜਿਹੜਾ ਮੱਥਾ ਦਿੱਲੀ ਘੁੰਮਦਾ ਲੱਗਾ ਜਿਹੜੇ ਕਹਿੰਦੇ ਸੀ ਤੁਸੀਂ ਰਾਜ ਦੀ ਮੰਗ ਕਿਉਂ ਕਰਦੇ ਜੋ ਇਸ ਕਰਕੇ ਕਰਦੇ ਜੇ ਸਾਡਾ ਰਾਜ ਹੁੰਦਾ ਤੁਸੀਂ ਦੱਸੋ ਵੀ ਕਿਸੇ ਨੇ ਗੁਰੂ ਦੇ ਪੁਰਬ ਤੋਂ ਜਾਣ ਤੋਂ ਰੋਕਣਾ ਸੀ ਸਿੱਖਾਂ ਨੂੰ ਜੇ ਰਾਜ ਨਹੀਂ ਹੈਗਾ ਤੇ ਇੱਥੇ ਇੱਕ ਬੰਦਾ ਮਰਦਾ ਹੈ ਤੇ ਸਾਡੇ ਗੁਰਪੁਰਬਾਂ ਤੇ ਪਾਬੰਦੀ ਲੱਗ ਜਾਂਦੀ ਹੈ ਸੋ ਅਸੀਂ ਬੜਾ ਇਹਨਾਂ ਨਾਲ ਸਹਿਯੋਗ ਕੀਤਾ ਵੀ ਚਲੋ ਇਹ ਵੀ ਆਪਣੇ ਵੀਰ ਨੇ ਪ੍ਰਸ਼ਾਸਨ ਵਾਲੇ ਅਜੇ ਵੀ ਕੋਈ ਇਹਨਾਂ ਦੇ ਨਾਲ ਸਾਨੂੰ ਗੁੱਸਾ ਗਿਲਾ ਨਹੀਂ ਆਪਣੀ ਕੋਈ ਸੇਵਾ ਡਿਊਟੀ ਕਰ ਰਹੇ ਨੇ ਪਰ ਇਹਦਾ ਅਰਥ ਇਹ ਨਹੀਂ ਵੀ ਅਸੀਂ ਗੁਲਾਮੀ ਬਰਦਾਸ਼ਤ ਕਰੀ ਜਾਈਏ ਸਾਡੀ ਸ਼ਰਾਫਤ ਦਾ ਨਜਾਇਜ਼ ਫਾਇਦਾ ਜਿਹੜਾ ਚੁੱਕਣਾ ਹੈ ਹਕੂਮਤ ਨੂੰ ਬੰਦ ਕਰ ਦੇਣਾ ਚਾਹੀਦਾ ਅਸੀਂ ਕੀ ਰੋਕਾ ਦਿੱਤਾ ਅੱਜ ਵੀ ਜਦੋਂ ਨੌਜਵਾਨ ਇੱਥੇ ਆਏ ਤੇ ਮੈਂ ਹੋਰ ਕੁਛ ਨਹੀਂ ਕਿਹਾ ਜਿਹੜੇ ਅੱਜ ਵੀ ਆਏ ਉਹਨਾਂ ਨੇ ਵੀ ਕਿਹਾ ਵੀ ਤਿਆਰੀ ਕਦੋਂ ਕਰਨੀ ਹੈ ਗੁਰੂ ਵਾਲੇ ਕਦੋਂ ਬਣਨਾ ਇਹੋ ਹੋਕਾ ਸਾਰੇ ਪੰਜਾਬ 'ਚ ਦਿੱਤਾ ਤੇ ਅਸਲ ਤਕਦੀਰ ਤਾਂ ਹਕੂਮਤ ਨੂੰ ਇਸ ਹੋਕੇ ਤੋਂ ਹੋਈ ਉਹ ਵੀ ਚਾਹੁੰਦੇ ਵੀ ਸਿੱਖਾਂ ਦੇ ਪੁੱਤ ਜਿਹੜੇ ਨੇ ਸਿੱਖਾਂ ਦੀਆਂ ਧੀਆਂ ਗੁਰੂ ਦੇ ਨੇਤੇ ਲੱਗ ਕੇ ਅੰਮ੍ਰਿਤਧਾਰੀ ਹੋਣ ਉਹ ਨਹੀਂ ਚਾਹੁੰਦੇ ਵੀ ਸਿੱਖ ਜਿਹੜੇ ਕੇਸਾਧਾਰੀ ਬਣ ਜਾਣ ਸ਼ਸਤਰਧਾਰੀ ਹੋ ਜਾਣ ਤੇ ਆਪਣੇ ਹੱਕ ਆਪ ਲੈਣਾ ਸਿੱਖਣ ਉਹ ਚਾਹੁੰਦੇ ਆ ਵੀ ਸਿੱਖ ਭਖਾਰੀ ਬਣ ਕੇ ਰਹਿਣ ਤੇ ਭਖਾਰੀ ਬਣ ਕੇ ਹਕੂਮਤ ਦੇ ਅੱਗੇ ਹੱਥ ਅੱਡਿਆ ਕਰਨ ਵੀ ਸਾਨੂੰ ਆਹ ਹੱਕ ਦੇ ਦਿਓ ਆਹ ਹੱਕ ਦੇ ਦਿਓ ਸੋ ਇਸ ਕਰਕੇ ਮੈਂ ਹਕੂਮਤ ਨੂੰ ਇਹ ਕਹਿਣਾ ਚਾਹੁੰਦਾ ਵੀ ਸਿੱਖਾਂ ਦਾ ਸਬਰ ਨਾ ਫੜਕੋ ਤੁਸੀਂ ਅੱਗੇ ਵੀ ਇਹ ਕੰਮ ਕੀਤਾ ਇਹ ਕਹਿੰਦੇ ਵੀ ਇੱਕ ਬੰਦਾ ਮਰਿਆ ਜਿਹੜਾ ਮਰਿਆ ਉਹਦਾ ਮੁੰਡਾ ਮੀਡੀਆ ਸਾਹਮਣੇ ਕੈਮਰੇ ਸਾਹਮਣੇ ਤੁਸੀਂ ਸਾਰਾ ਸੁਣ ਲਿਆ ਹੋਣਾ ਉਹ ਕਹਿੰਦਾ ਕਿ ਕੋਈ ਸਰਦਾਰ ਨਹੀਂ ਰਹਿਣ ਦੇਣਾ ਸਾਰੇ ਸਰਦਾਰਾਂ ਨੂੰ ਘਰੋਂ ਕੱਢ ਕੇ ਮਾਰਾਂਗੇ ਪਹਿਲੀ ਤਾਂ ਇਹ ਗੱਲ ਹੈ ਕਿ ਉਹ ਬੰਦਾ ਬਾਹਰ ਕੀ ਕਰਦਾ ਹਕੂਮਤ ਨੇ ਸਾਨੂੰ ਨਸਲ ਕੁਛ ਦੀ ਧਮਕੀ ਦੇਣ ਵਾਲਾ ਬੰਦਾ ਬਾਹਰ ਕਿਉਂ ਛੱਡਿਆ ਇਸ ਕਰਕੇ ਇਹ ਸਾਬਤ ਹੋ ਜਾਂਦਾ ਕਿ ਸਿੱਖਾਂ ਵਾਸਤੇ ਕਾਨੂੰਨ ਹੋ ਰਿਹਾ ਸਿੱਖ ਉੱਚੀ ਖੰਘ ਲੈਣ ਸਿੱਖ ਉੱਚੀ ਸਾਹ ਲੈ ਲੈਣ ਤੇ ਜਵਾਕਾ ਲੱਗ ਜਾਂਦਾ ਹੈ ਤੇ ਉੱਥੇ ਕੋਈ ਹਿੰਦੂ ਬਿਆਨ ਦੇ ਦੇਵੇ ਉਹ ਕਹਿੰਦੇ ਵੀ ਸਾਰੇ ਸਿੱਖ ਮਾਰ ਦਿੰਦੇ ਨੇ ਤੇ ਉਹਨੂੰ ਜਿਹੜੇ ਤੱਗਾਂ ਬੰਨਣ ਵਾਲੇ ਅਫਸਰ ਨੇ ਲੱਗਦਾ ਵੀ ਰਾਜ ਜਿਹੜਾ ਹੈ ਉਹ ਸਿੱਖਾਂ ਦਾ ਨਹੀਂ ਹਿੰਦੂਆਂ ਦਾ ਰਾਜ ਹੈ ਜਿਹੜੇ ਕੁਛ ਤੇ ਕੋਈ ਗੁਲਾਮੀ ਕੀ ਹੈ ਹੋਰ ਗੁਲਾਮੀ ਦੀ ਪ੍ਰਤੱਖ ਨਿਸ਼ਾਨੀ ਕੀ ਹੋਣੀ ਹੈ ਕਿ ਅਸੀਂ ਗੁਰੂ ਦੇ ਪੁਰਬ ਨਾ ਮਨਾ ਸਕੀਏ ਸਾਡੇ ਲੱਖਾਂ ਪੁੱਤ ਮਾਰੇ ਗਏ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਕਤਲ ਕਰਨ ਵਾਲੇ ਬਹੁਤੇ ਵਿੱਚੋਂ ਹਿੰਦੂ ਸਨ ਇੱਕ ਸਿੱਖ ਨੇ ਬਿਆਨ ਦਿੱਤਾ ਕਿ ਹਿੰਦੂਆਂ ਨੂੰ ਮਾਰ ਦੇਣਾ ਚਾਹੀਦਾ ਦਿੱਤਾ ਕਿਸੇ ਨੇ ਕੌਮਾਂ ਦਾ ਦੁਸ਼ਮਣੀ ਕੋਈ ਨਹੀਂ ਕਿਸੇ ਨਾਲ ਪਰ ਜੇ ਇੱਕ ਮਾਰਿਆ ਗਿਆ ਸੂਰੀ ਜਿਹੜਾ ਸਿੱਖਾਂ ਦੇ ਨਾਲ ਬਕਵਾਸ ਕਰਦਾ ਰਿਹਾ ਸਿੱਧੂ ਮੂਸੇਵਾਲੇ ਦੇ ਹਿੰਦੂਆਂ ਦੇ ਖਿਲਾਫ ਕੁਛ ਬੋਲਿਆ ਨਹੀਂ ਸੀ ਬੋਲਿਆ ਸੋ ਉਹਦੇ ਕਦਮ ਤੇ ਸਿੱਖਾਂ ਨੇ ਕਿਸਮ ਧਮਕੀ ਦਿੱਤੀ ਤੇ ਇੱਥੇ ਜਿਹੜਾ ਵਾ ਸੂਰੀ ਮਾਰ ਗਿਆ ਸਿੱਖਾਂ ਦੇ ਖਿਲਾਫ ਬਹੁਤ ਕੁਛ ਬੋਲਦਾ ਸੀ ਉਹਦਾ ਕਤਲ ਹੁੰਦਾ ਤੇ ਉਹਦਾ ਮੁੰਡਾ ਧਮਕੀ ਦਿੰਦਾ ਵੀ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਵਾਂਗੇ ਉਹਨੂੰ ਕਹਾਂ ਵੀ ਇਹ ਤੁਹਾਨੂੰ ਭੁਲੇਖਾ ਹੈ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਲੇ ਬਹੁਤ ਸੰਸਾਰ ਤੇ ਆਏ ਤੇ ਆ ਕੇ ਤੁਰ ਗਏ ਤੁਰ ਤੁਸੀਂ ਵੀ ਜਾਣਾ ਰਹਿਣਾ ਤੇ ਕਿਸੇ ਨਹੀਂ ਤੇ ਜੇ ਪੰਜਾਬ ਦੀ ਹਕੂਮਤ ਚੱਕਰ ਬਣਾ ਮਨਾਓ ਲੇਕਿਨ ਉਹਦਾ ਲਾਜ ਕਰਦੇ ਨੇ ਕਿ
देखो जी हालात खराब हो जाएंगे जे मैं की लग ना बंब ने मेरे हालात खराब होने जा जलंधर मैं चल जावा केड़ी मैं तौर पीड़ी केड़ी मैं 47 हद के डर लगता है गल ही है शब्द ही है शब्द बोलिया है सच की गल की मेरे सच बोलने हालात खराब हो गए जेडे 15-15 बकवास करते हैं उन्होंने हालात नहीं खराब होंगे सो हालात देखो दो तरफा है मैं हम इन्होंने बड़ी अभी कोऑपरेट किया प्रशासन चलो कोई नहीं अभी अपने भरा ने पर आ जाके दिल्ली का हुक्म मनिया दिल्ली का हुक्म मन के सू रोकया जान हम भी जा सकते हैं पर गल की है असि कॉन्फ्लिक्ट च नहीं पैना हजे अजे समा नहीं जो समा आया यह कहते समागम समागम करके दसा कहते रोक के विखा दे जो किसी जरूरत है गुरतर्ब सदिया सदिया चलते आ रहा इन मुगल नहीं रोक सके इन अंग्रेज नहीं रोक सके इन हुकूमत ने इंदिरा गांधी ने कोशिश की रोकने की एमरजेंसी ला के भी सिख जलूस ना कढ़न सिख नगर कीर्तन ना कढ़न संत करतार सिंह ने कढ़ के विखाए थे सो असि उन्होंने पैरोकार हैं साढ़े लखां धीआं पुत कतल करके सानू कहिंदे शांति दी अपील करो सानू कहिंदे घरे बह जाओ सो असीं हुण वी इह गल कहिंदे आ जिहड़ा प्रशासन है जिहड़ी सरकार है जिहड़ी हुकूमत है ਤੇ ਤੁਸੀਂ ਸਿੱਖਾਂ ਦਾ ਇਮਤਿਹਾਨ ਲੈਣਾ ਬੰਦ ਕਰ ਦਿਓ ਇਹ ਗੱਲਾਂ ਇੱਥੇ ਨਹੀਂ ਚੱਲਣੀਆਂ ਸੋ ਸੰਗਤਾਂ ਆਈਆਂ ਸੰਗਤਾਂ ਨੇ ਬੈਠਣਾ ਹੈ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਹੈ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਛਕਣਾ ਹੈ ਤੇ ਅਸੀਂ ਕੋਈ ਨਹੀਂ ਅਗਲੀ ਰਣਨੀਤੀ ਫਿਰ ਤੈਅ ਕਰਾਂਗੇ ਕੀ ਕਰਨਾ ਹੈ ਇੱਕ ਇਹਨਾਂ ਨੇ ਕਿਹਾ ਵੀ ਪਰਚੇ 'ਚ ਨਾਂ ਪਾ ਦਿਓ ਅੰਮ੍ਰਿਤਪਾਲ ਦਾ ਇਹਨਾਂ ਨੂੰ ਪੁੱਛੋ ਵੀ ਜੇ ਹਿੰਦੂ ਉੱਠ ਕੇ ਕਹਿਣ ਪਰਚੇ 'ਚ ਅੰਮ੍ਰਿਤਪਾਲ ਦਾ ਨਾਂ ਪਾ ਦਿਓ ਪਾਲਣਾ ਚਾਹੀਦਾ ਪਹਿਲੀ ਗੱਲ ਹਿੰਦੂਆਂ ਨੇ ਨਹੀਂ ਗੱਲ ਕੀਤੀ ਚੋਰੀ ਦਾ ਪਰਿਵਾਰ ਉਹਨੂੰ ਮੌਕੇ ਤੇ ਰੋਕ ਲੱਗਿਆ ਨਹੀਂ ਸੀ ਜੋ ਸਿੱਖਾਂ ਦੇ ਖਿਲਾਫ਼ ਬੋਲਦਾ ਸੀ ਅੱਜ ਚੇਤਾ ਆ ਗਿਆ ਪਰਚੇ ਦੇ ਨਾਂ ਪਵਾਉਣ ਦਾ ਕਿਸੇ ਦੀ ਗੱਡੀ ਦਾ ਸਟicker ਮਿਲਿਆ ਹੁਣ ਉਸ ਗੱਡੀ ਜਿੱਤੇ ਸਟicker ਮਿਲਿਆ ਉਸੇ ਸਟicker ਦੇ ਥੱਲੇ ਪੁਲਿਸ ਦਾ ਸਟicker ਲੱਗਾ ਹੁਣ ਤੋਂ ਦੱਸੋ ਪੁਲਿਸ ਦਾ ਨਾਮ ਪਾ ਦਿਓ ਪਰਚੇ ਦੇ ਵਿੱਚ ਕਿਸੇ ਡੀਜੀਪੀ ਦਾ ਪਾ ਦਿਓ ਇਦਾਂ ਜਾਮ ਲੱਗੇ ਹੁੰਦੇ ਆ ਕੋਈ ਜਾਂਚ ਨਹੀਂ ਕੋਈ ਕਾਨੂੰਨ ਨਹੀਂ ਕੋਈ ਕਾਇਦਾ ਨਹੀਂ ਸਿੱਖਾਂ ਵਾਸਤੇ ਉਹਨਾਂ ਨੇ ਕਿਹਾ ਤਾਂ ਵੀ ਪਰਚੇ ਦੇ ਨਾਮ ਪਾ ਦਿਓ ਨੇ ਚੁੱਕੇ ਪਾਉਣਾ ਸ਼ੁਰੂ ਕਰਤਾ ਸੋ ਇਹ ਇਹਨਾਂ ਨੂੰ ਵਾਰ ਨਹੀਂ ਕਿਹਾ ਤੁਸੀਂ ਪਰਚੇ ਦੇ ਨਾਮ ਪਾਓ ਤੇ ਜੇ ਤੁਸੀਂ ਗ੍ਰਿਫਤਾਰੀ ਦੀ ਗੱਲ ਕਰਨੀ ਫਿਰ ਕਰੋ ਗ੍ਰਿਫਤਾਰੀ ਜਿਹੜੀ ਤੁਸੀਂ ਕਰ ਸਕਦੇ ਹੋ ਸੋ ਇਹ ਆਪਾਂ ਕਿਸੇ ਸੰਗਤ ਨੇ ਆਪਾਂ अगली रणनीति की अमलता करांगे सो इत्थे बैठिए वाहिगुरु मंत्र जिहड़ा दा जाप करना है संगत आउंदी जांदी बराजी जावे अपनी अपनी जगह लैंदी जावे जल पाणी दी सेवा जिहड़ी सभ तुसीं करदे रहो इन्नियां कु बेनतियां दा खिमां दा जा चुका गज के फतेह बुलाओ वाहिगुरु जी का खालसा